ਸਾਡੇ ਮੋਟਰਸਾਈਕਲ ਦੀ ਲਾਈਟ ਹੈ ਨਹੀਂ ਕਿ ਮੋਬਾਈਲ ਦੀ ਲਾਈਟ ਬਾਲੀ ਹੋਈ ਆ, ਪਰ ਚੰਦ ਦੀ ਚਾਨਣੀ ਜਿਹੜੀ ਨਾ ਬਥੇਰੀ ਆ, ਉਹ ਖੜਾ ਚੰਦ। ਪਤਾ ਨਹੀਂ 14 ਤਰੀਕ ਆ ਕਿੰਨੀ ਤਰੀਕ ਹੁਣ ਅੰਦਾਜ਼ਾ ਨਹੀਂ ਹੈ ਇਸ ਗੱਲ ਦਾ। ਮਸਾਇਲ ਬੰਦੇ ਦੇ ਹੱਦ ਤੋਂ ਜ਼ਿਆਦਾ ਵੱਧ ਜਾਂਦੇ ਆ ਨਾ, ਅਤੇ ਬੰਦਾ ਕਹਿੰਦਾ ਬਸ ਠੀਕ ਆ, ਜਿੱਦਾਂ ਹੁੰਦੀ ਵੀ ਉੱਕਾ ਠੀਕ ਆ, ਮੈਂ ਰਾਜ਼ੀ ਹਾਂ। ਕਿਹੜੀ ਜਲਦ ਲਈਏ ਸਵੇਰੇ ਸਵੇਰੇ ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਜੀ ਤੁਹਾਡਾ? ਉਮੀਦ ਕਰਦਾ ਸਾਰਾ ਠੀਕ ਠਾਕ ਹੋ ਗਿਆ। ਅੱਲਾਹ ਤਾਲਾ ਦਾ ਫਜ਼ਲ ਅਤੇ ਕਰਮ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲਾਗ। ਰਾਤੀ ਨਾ ਸਾਡੇ ਕੋਲ ਬੜਾ ਬੱਦਲ ਆਇਆ, ਤਕਰੀਬਨ 12 ਵਜੇ ਨਾਲ ਬਾਰਿਸ਼ ਸਟਾਰਟ ਹੋ ਗਈ ਸੀਗੀ। ਉਸ ਟਾਈਮ 'ਤੇ ਬਿਜਲੀ ਨਾ ਹਲਕੀ ਫੁਲਕੀ ਗਰਜਦੀ ਪਈ ਸੀਗੀ, ਅਸੀਂ ਮੁੜ ਕੇ ਸੋ ਗਏ ਯਾਰ। ਰਾਤੀ ਪਤਾ ਨਹੀਂ ਕਿਹੜੇ ਵੇਲੇ ਅੱਖ ਖੁੱਲੀ ਅਤੇ ਉਸ ਟਾਈਮ ਨਾਲ ਬਿਜਲੀ ਬਹੁਤ ਜ਼ਿਆਦਾ ਚਮਕਣ ਡਈ ਸੀਗੀ, ਅਤੇ ਹਵਾ ਜਿਹੜੀ ਨਾ ਬਹੁਤ ਤੇਜ਼ ਸੀਗੀ, ਵਿੱਦਾਂ ਸੀ ਨਾ ਹੋ ਇੱਦਾਂ ਸੀ ਵੀ ਨਾ ਖੌਫ ਆਉਂਦਾ ਸੀਗਾ। ਅਸੀਂ ਸੀਗਾ ਵੀ ਨਾ ਚੰਗੀ ਬਾਰਿਸ਼ ਆਏਗੀ। ਸੁਬਹ ਜਦੋਂ ਉੱਠ ਕੇ ਦੇਖਿਆ ਹਲਕੀ ਫੁਲਕੀ ਕਿਉਂ ਮੈਂ, ਜਿੱਦਾਂ ਪਿੱਛੇ 2 ਬਾਰਿਸ਼ਾਂ ਹੋਈਆਂ ਹਲਕੇ ਫੁਲਕੇ ਉਸ ਹਿਸਾਬ ਦੀਆਂ। ਮੌਸਮ ਇਹ ਹੈ ਵੀ ਨਾ ਥੋੜ੍ਹਾ ਜਿਹਾ ਠੰਡਾ ਰਹੇਗਾ 2-3 ਦਿਨ ਹੋਰ, ਬਾਕੀ ਨਾ ਮਰਬੇ ਜਾ ਕੇ ਦੇਖਦੇ ਹਾਂ ਉੱਥੇ ਬਾਰਿਸ਼ ਦੀ ਕੀ ਸੂਰਤ ਹਾਲ ਆ। ਸਾਨੂੰ ਨਾ ਪਾਣੀ ਦੀ ਕੱਲ੍ਹ ਬੜੀ ਲੋੜ ਸੀ, ਸਾਡੇ ਤਕਰੀਬਨ 5 ਕਿਆਰੇ ਪੱਠਿਆਂ ਦੇ ਨਾਲ ਰਹਿ ਹੋਏ ਆ ਪਾਣੀ ਦੁੱਖੋਂ। ਮੈਂ ਕੱਲ੍ਹ ਫੋਨ ਕੀਤਾ 1-2 ਜਗ੍ਹਾ 'ਤੇ, ਪਰ ਪਾਣੀ ਕੋਈ ਨਾ ਮਿਲਿਆ। ਅੱਲਾ ਕਰੇ ਉੱਧਰ ਬਾਰਿਸ਼ ਵਾਲਾ ਹੀ ਹੋਵੇ ਅਤੇ ਸਾਡਾ ਜਿਹੜਾ ਪਾਣੀ ਦਾ ਮਸਲਾ ਸੀ ਨਾ ਉਹ ਹੱਲ ਹੋ ਗਿਆ ਹੋਵੇ। ਚੱਲਦੇ ਹਾਂ ਹੁਣ ਘਰ, ਜਾ ਕੇ ਕਰਦੇ ਹਾਂ ਨਾਸ਼ਤਾ ਅਤੇ ਕੱਪੜੇ ਚੇਂਜ ਕਰਕੇ ਤਾਂ ਨਿਕਲਦੇ ਮਰਬੇ ਵਾਸਤੇ। ਬਾਰਿਸ਼ ਜਿਹੜੀ ਇੱਡੀ ਖਾਸ ਕੋਈ ਨਹੀਂ ਹੈਗੀ, ਬਸ ਉੱਤੇ ਉੱਤੇ ਮਾੜੀ ਮਾੜੀ ਗਿੱਲੀ ਹੋਈ ਹੈ ਜਗ੍ਹਾ। ਮੋਟਰਸਾਈਕਲ ਵੀ ਰਾਤੀ ਅਸੀਂ ਆਪਣਾ ਅੰਦਰ ਕੀਤਾ, ਮੈਂ ਕਿਹਾ ਬਾਹਰ ਵੀ ਗਿੱਲਾ ਨਾ ਹੋ ਜਾਵੇ, ਬਾਰਿਸ਼ ਬਹੁਤ ਜ਼ਿਆਦਾ ਆਉਣੀ ਸੀ ਨਾ ਤਾਂ ਕੱਚੇ ਹੋਵੇ ਬਾਹਰ। ਅਗਲਾ ਟਾਇਰ ਫਿਰ ਹਵਾ ਕੱਢੀ ਖੜਾ ਵਾ, ਹੁਣ ਪਤਾ ਨਹੀਂ ਕੀ ਰੌਲਾ ਬਣ ਗਿਆ ਇਹਨੂੰ। ਹਾਲਾਂਕਿ ਟੂਬ ਵੀ ਨਵੀਂ ਪਵਾਈ ਆ। ਵੱਡਾ ਹੀ ਰੌਲਾ ਲੱਗਦਾ ਮੈਨੂੰ ਤਾਂ, ਮੈਂ ਤਾਂ ਸ਼ਾਇਦ ਵਾਲ ਵੂਲ ਲੀਕ ਹੋਵੇ। ਚਲੋ ਚੈੱਕ ਕਰਾਵਾਂਗੇ ਜਾ ਕੇ ਕੀ ਬਣਦਾ ਇਹਦਾ। ਦੇਖੋ ਹੋ ਜਾ ਬੰਦ, ਹੁਣ ਨਵਾਂ ਕੱਟਾ ਖੋਲ ਲਿਆ ਸਵੇਰੇ ਸਵੇਰੇ। ਵਾਲੇਕੁਮ ਉਹ ਭਾਈ, ਹਜੇ ਤਾਂ ਪੈਸੇ ਦੇਣੇ ਮੈਂ ਟੂਬ ਦੇ ਵੀ, ਤੁਹਾਡੇ ਵੀ ਦੇਣੇ ਆ। ਉਹ ਪੈਂਚਰ ਹੋਇਆ ਖੜਾ ਫੇ ਟਾਇਰ ਭਰੀ ਯਾਰ ਹਵਾ ਦੇ ਵਿੱਚ। ਗੁੱਸਾ ਨਾ ਕਰ ਜੀ, ਗੁੱਸਾ ਕਰਕੇ ਤਾਂ ਬਹੁਤਾ ਭਰਦਾ। ਕਿੰਨੀ ਹੋ ਗਈ? ਵਾਲ ਤਾਂ ਠੀਕ ਆ ਹੈ ਨਾ, ਠੀਕ ਹਵਾ ਕਿ ਕੱਢੀ ਯਾਰ ਇਹਨੇ? ਰਾਮ ਰਾਮ ਗੱਲਾਂ ਕੱਢੀ ਸਾਰੀ ਰਾਤ, ਨਿਕਾਲ ਕਢਾ ਗਿਆ ਸੀਗਾ ਅਤੇ ਅੱਜ ਫਿਰ ਉੱਠ ਕੇ ਦੇਖਿਆ ਤਾਂ ਅੱਜ ਹੈ ਹੀ ਕੋਈ ਨਹੀਂ ਸੀ, ਅੱਜ ਖਤਮ ਸੀ ਇੱਦਾਂ ਹੀ। ਕੱਲ੍ਹ ਮੈਂ ਚੈੱਕ ਕੀਤੀ, ਮੈਂ ਕਿ ਸ਼ਾਇਦ ਭਰੀ ਥੋੜ੍ਹੀ ਹੋਵੇ। ਖੇਤ 'ਤੇ ਅਸੀਂ ਪਹੁੰਚ ਗਏ ਹਾਂ, ਪਰ ਇੱਥੇ ਵੀ ਬਾਰਿਸ਼ ਦਾ ਉਹੀ ਹਿਸਾਬ ਆ। ਮੈਂ ਤਾਂ ਖੇਤ ਚੱਲ ਕੇ ਵੱਲ ਬਾਰਿਸ਼ ਪਈ ਹੋਊਗੀ, ਜਿੱਦਾਂ ਸਾਡੇ ਪਿੰਡ ਪਿਛਲੀਆਂ 2 ਬਾਰਿਸ਼ਾਂ ਜਿਹੜੀ ਨਾ ਉੱਥੇ ਥੋੜ੍ਹੀ ਜ਼ਿਆਦਾ ਸੀਗੀਆਂ ਅਤੇ ਇੱਥੇ ਥੋੜ੍ਹੀ ਘੱਟ ਸੀਗੀਆਂ, ਪਰ ਇੱਥੇ ਨਾ ਕੰਮ ਉਹੀ ਆ। ਸਾਨੂੰ ਇਹ ਸੀ ਚੱਲ ਬਿਨਾਂ ਪਾਣੀ ਨਾ ਮੰਗਣਾ ਪਊਗਾ, ਕਿਸੇ ਕੋਲ ਪਾਣੀ ਨਾ ਲੈਣਾ ਪਊਗਾ ਪੱਠੇ ਨੂੰ, ਸਾਡਾ ਹਫ਼ਤਾ ਜਿਹੜਾ ਲੰਘ ਜਾਏਗਾ ਇੱਦਾਂ ਹੀ। ਅਸਾਂ ਸੁਣਾ, ਤੇਰੇ ਪੱਠੇ ਵੱਡੇ ਤਾਂ ਨਹੀਂ ਹੋਏ? ਹੈਂ, ਕਿੰਨੇ ਵੱਡੇ ਆ? ਅਦੀਲ ਵੜ ਕੇ ਲੈ ਗਿਆ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਰੂੜੀ ਦੇ ਨਾਲ ਟੱਕ ਲੱਗਿਆ ਹੱਥ ਵੜਨ ਲਈ, ਅਤੇ ਉਹ ਇੱਥੋਂ ਆ ਕੇ ਹੱਥ ਲਾ ਕੇ ਲੈ ਗਿਆ। ਸਾਡੇ ਖੇਤ ਨਾਲ ਕੋਟ ਤੁੰਮੇ ਦੀ ਵੇਲ ਉੱਗੀ ਹੋਈ ਆ, ਕੋਟ ਤੁੰਮੇ ਲੱਗੇ ਹੋਏ ਕਾਫ਼ੀ ਇਹਨੂੰ। ਇਹ ਹੈਗੀਆਂ ਕਿ 2-3 ਵੇਲਾਂ ਵਾ, ਉਹਨਾਂ ਦੇ ਵਿੱਚੋਂ ਇੱਕ ਵੇਲ ਉਹਦੇ ਮੇਰੇ ਕੋਲ ਵੱਢੀ ਗਈ, ਜਿਹੜੀ ਸੁੱਕੀ ਜਾਂਦੀ ਆ ਉਹਦੇ ਹੈ ਨਾ, ਸੁੱਕ ਗਈ ਬਲਕਿ ਦਾਤੀ ਫਿਰ ਗਈ ਸੀ ਇਹਨੂੰ ਪੱਠੇ ਵੱਢਦੇ ਹੋਏ। ਉਹ ਕੋਟ ਤੁੰਮੇ ਜਿਹੜੇ ਨਾ ਸੁੱਕਣ ਡੈ ਮੁਰਝਾਉਣ ਡਏ ਆ, ਉਹ ਹੁਣ ਮੈਂ ਨਾਲੋਂ ਪੱਟੀ ਜਾਂਦਾ ਸਾਰੇ। ਪੱਕੇ ਵੀ ਪਏ ਕੁਛ ਵਿੱਚ ਤਾਂ, ਜਿਹੜੇ ਪੀਲੇ ਹੋ ਜਾਂਦੇ ਆ, ਪੱਕੇ ਵੀ ਨਾ ਇਹ ਕੋੜੇ ਦਿੰਦੇ ਆ, ਮਿੱਠੇ ਨਹੀਂ ਹੁੰਦੇ। ਸਕੂਲੇ ਨਹੀਂ ਗਿਆ ਤੂੰ ਅੱਜ? ਹੈਂ, ਕਿਹੜੀ ਗੱਲ ਛੁੱਟੀ ਸੀਗੀ? ਅੱਬੂ ਨੇ ਛੁੱਟੀ ਕਰਾਈ ਸੀ, ਚੱਲ ਆ ਤੈਨੂੰ ਛੱਡ ਕੇ ਆਵਾਂ ਸਕੂਲੇ। ਜੁੱਤੀ ਪਾ, ਉਹ ਜੁੱਤੀ ਪਾ, ਚੱਲ ਚੁੱਕ ਜੁੱਤੀ ਪਾ, ਜਲਦੀ ਕਰ ਜੁੱਤੀ ਪਾ, ਚੱਲ ਦੁਕਾਨ 'ਤੇ ਚੱਲੀਏ, ਦੁਕਾਨ 'ਤੇ ਜੁੱਤੀ ਪਾ ਲਾ।
चला जा इधर इधर आ इधर आ मेरे नाल तेरे फट के लेके जाना मैं दुकान ते। मोहम्मद नूं ना सवेरे मैं ना सख्ती ना कह गया सी मैं स्कूले तू लाजमी जाना पर ये ना स्कूले नहीं गया। मैं जो मैं रुपये वापस घर आया तो ये घर ही फिरन दिया वा तेरी जा भज जा ना फिर मैं सदा अंकल नूं खलो जा उन्हें कह ले जा इन यार स्कूले ले जा सवेरे आया नहीं है आंदा नहीं सीगा मैं कह इधर दुकान से लेके जावा मैं चल जा हूँ स्कूले पता लगे तेन कि छुट्टी करी दी है यार तू तो माशाल्लाह आया दूए दिन आ जा यार हूँ छुट्टी होने वाली आ जा 11 बजे तक छुट्टी होनी अद्धा घंटा रह गया चौके ला जाना चौके ला जा चल छड़ दे छड़ दे। अस्सलाम वालेकुम मेरी सुना हन हैगा जैस कैश बड़ा करी यार 450 फने नोट चल ले आले हां यार तुम बैल पीछे रखे हुए अपने दे रखवा दो दोनों हैं जल्दी आले करी हैं आधे घंटे चल कर जल्दी कर फाने को दोपहरे मैं करा गया जैज कैश 450 रुपया अगे पैकेज लगता है 450 च वो मैं पैकेज लाने लगा पैकेज होगा 475 का हूँ दोबारा हूँ 50 रुपये होर कराने पैने तो नहीं बैलेंस ना करी हूँ जो किए होगा बड़े हाँ तो लाऊंगा उदा पैकेज लाओ ना वो पैकेज लगता 500 जे तो ऐप तो लगता पैसे 450 जे हूँ ऐप तो होगा 475 का वैसे 500 का ही है वो नहीं है पैकेज वीकली फ्रीडम वो ਕਿਤੇ ਗਿਆ ਪੰਜਰਾ ਨੇ ਹਵਾ ਭਰ ਦਿਆ ਭਾਈ ਜੀ ਕੀ ਹਾਲ ਹੈ ਠੀਕ ਠਾਕ ਆਓ ਖੜਾ ਭਾਈ ਸਵੇਰ ਵੀ ਪੁਰਾਣੀ ਹਵਾ ਸ਼ਾਮੀ ਵੀ ਪੁਰਾਣੀ ਆ ਨਵੀਂ ਟੂਪ ਨਵੀਂ ਟੂਪ ਲਵਾਈ ਹੈ ਜਦੋਂ ਤੇ ਹੁਣ ਖਲਵਾੜ ਥੋੜੇ ਸਕਦਾ ਟਾਇਰ ਕਿਉਂ ਚਾਚਾ ਹਾਂ ਹਵਾ ਭਰੀ ਯਾਰ ਲੈ ਪੈਸੇ ਲਿਆ ਰਿਸ਼ਵਾਰ ਮੇ ਦੇ ਸਾਨੂੰ ਵੀ ਦੇ ਦੇ ਮਸ ਖਲਾਰ ਦੇ चल गटू सीन तीन तरीक आ गया है सेट हो भैया चुक राशन उत्ते चेक कर ला सा नमाज तो नहीं क्या मोटर ठीक तो हुई भैया बस चेक कर दिए फिर लेके जाने चेक नहीं करनी यार कर ला नहीं चली ना हाँ तो वही ना वही मैं तेन कहना पा चला दोबारा चला बंद कर दोबारा चलाई कपड़े तेरे बड़े नजर आन डे नेर है सही अभी है ना नहीं होना मत मारे
ਸਫਦਰ ਲੈਣ ਚਲਾ ਗਿਆ ਕੁਲਫੀ, ਕਹਿੰਦਾ ਕੁਲਫੀ ਖਾਣੀ ਆ। ਵੈਸੇ ਦਿਨ ਛੁੱਪ ਗਿਆ ਵਾ, ਸਾਡੇ ਮੋਟਰਸਾਈਕਲ ਦੀ ਲਾਈਟ ਵੀ ਨਹੀਂ ਬਲਦੀ ਹੈਗੀ, ਰਾਤ ਹੁੰਦੀ ਪਈ ਹੁਣ ਅੱਗੇ ਚਾਹ ਦੁਕਾਨ ਫੜਾ ਦੋ। ਸਭ ਤੋਂ ਜ਼ਿਆਦਾ ਅਰਮਾਨ ਪਤਾ ਕਦੋਂ ਲੱਗਦਾ, ਜਦੋਂ ਕੁਲਫੀ ਥੋੜ੍ਹੀ ਜਿਹੀ ਰਹਿ ਜਾਵੇ ਨਾ, ਅਤੇ ਤੀਰੇ ਨਾਲ ਟੁੱਟ ਕੇ ਥੱਲੇ ਡਿੱਗ ਜਾਵੇ, ਬੰਦੇ ਨੇ ਚਸਕੇ ਲੈ ਕੇ ਖਾਣੀ ਹੁੰਦੀ ਆਖਰ 'ਤੇ, ਉਹ ਡਿੱਗ ਉਹ ਜੋ ਡਿੱਗ ਜਾਂਦੀ ਨਾ, ਬੰਦੇ ਨੂੰ ਬੜਾ ਅਰਮਾਨ ਲੱਗਦਾ। ਨਾ ਮੈਂ ਤਾਂ ਜਾ ਕੇ ਰੋਟੀ ਖਾਊਂਗਾ ਹਜੇ। ਸਾਡੇ ਮੋਟਰਸਾਈਕਲ ਦੀ ਲਾਈਟ ਹੈ ਨਹੀਂ ਕਿ ਮੋਬਾਈਲ ਦੀ ਲਾਈਟ ਬਾਲੀ ਹੋਈ ਆ, ਪਰ ਚੰਦ ਦੀ ਚਾਨਣੀ ਜਿਹੜੀ ਨਾ ਬਥੇਰੀ ਆ, ਉਹ ਖੜਾ ਚੰਦ। ਪਤਾ ਨਹੀਂ 14 ਤਰੀਕ ਆ ਕਿੰਨੀ ਤਰੀਕ, ਹੁਣ ਅੰਦਾਜ਼ਾ ਨਹੀਂ ਹੈ ਇਸ ਗੱਲ ਦਾ। ਜਿੰਨੀ ਦੇਰ ਸਫਦਰ ਮੋਟਰ ਦੇ ਕਨੈਕਸ਼ਨ ਵਗੈਰਾ ਕਰਦਾ ਨਾ, ਅਸੀਂ ਲਾਈਟ ਖੋਲ ਲਈ ਮੋਟਰਸਾਈਕਲ ਦੀ, ਇਹਨੂੰ ਕੋਈ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਠੀਕ ਹੋ ਜਾਵੇ। ਚਲੋ ਦੇਖਦੇ ਹਾਂ ਮਸਲਾ ਕੀ ਹੈ ਇਹਨੂੰ। ਹਾਂ ਬਾਈ ਪੜਾਇਆ ਹਜੇ, ਹੁਣ ਅਜ਼ਾਨ ਹੋਈ ਆ, ਤੂੰ ਪਹਿਲਾਂ ਆ ਜਾ, ਤੂੰ ਆ ਕੇ ਅਜ਼ਾਨ ਹੀ ਦੇ ਦਿਆ ਕਰ। ਸਫਦਰ ਕਨੈਕਸ਼ਨ ਕਰਦਾ ਵਾ ਮੋਟਰ ਦਾ, ਕਪੈਸਿਟਰ ਫਿੱਟ ਕਰੇਗਾ, ਪਰ ਤਾਰਾਂ ਸਾਈਡ 'ਤੇ ਕੱਢੀ ਹੋਈ ਉਹਦੇ ਕੋਲ ਕਨੈਕਸ਼ਨ ਕਰੇਗਾ। ਉਹ ਤਾਰਾਂ ਟੋਟੇ ਲਾ ਲਈ ਨਾਲ। ਅੱਛਾ ਸਫਦਰ, ਹਾਂ ਬਲਬ ਸ਼ਲਬ ਹੈਗਾ ਠੀਕ, ਅਸਲ ਜਿਹੜਾ ਰੋਲਾ ਬਣਿਆ ਇਹਨੂੰ ਰੋਲਾ ਹੋਲਡਰ ਦੇ ਵਿੱਚ ਗਰਮ ਹੋ ਕੇ ਨਾ ਹੋਲਡਰ 'ਤੇ ਆਹ ਜਿਹੜੀ ਜਗ੍ਹਾ ਨਾ ਵਿੱਚ ਬਹਿ ਗਈ ਇੱਥੇ, ਇਹ ਹੁੰਦੀ ਥੱਲੋਂ ਪਲਾਸਟਿਕ ਦਾ, ਉਹ ਜਿਹੜੇ ਹੈਗੇ ਨਾ ਪੁਆਇੰਟ ਇਹ ਵਿੱਚ ਬਹਿ ਗਏ, ਅਤੇ ਜਿਹਦੀ ਵਜ੍ਹਾ ਨਾਲ ਨਹੀਂ ਲੱਗਦੇ ਹੈਗੇ ਬਲਬ ਦੇ। ਸਫਦਰ ਕੀ ਬਣਿਆ ਇਹਨਾਂ ਦਾ ਓਏ ਸਫਦਰ, ਜਿੰਨੇ ਹੋਲਡਰ ਆਉਂਦੇ ਪਏ ਨਾ ਸਾਰਿਆਂ ਦਾ ਰੋਲਾ ਆਹੀ ਆ। ਵਿੱਚ ਵੱਟ ਜਾਂਦੇ ਪੁਆਇੰਟ ਗਰਮ ਹੋ ਕੇ, ਪਿਘਲਦੇ ਆ ਨਾ, ਪਿਘਲ ਕੇ ਵਿੱਚ ਵੱਟ ਜਾਂਦੇ ਆ। ਚੱਲ ਭਾਈ ਸਾਹਿਬ ਦਾ ਰਾਹ ਚੱਲੀਏ ਹੁਣ। ਜੁਗਣੀ ਦਾ ਫੋਨ ਆਇਆ ਹੋਇਆ, ਜੁਗਣੀ ਹੁਣ ਭਾਈ ਅਫਜ਼ਲ ਆਰ ਨਾ ਭਾਈ ਅਕਬ ਹੋ ਗਿਆ ਹੋਇਆ ਬਾਹਰ ਜਾ ਕੇ ਸੁਣਦਾ ਪਿਆ। ਸੋਚ ਲਾ ਵਿੱਚ ਬੰਦ ਕਰ ਦੇ, ਇਹ ਰੌਲਾ ਕੋਈ ਹੋਰ ਹੀ ਹੈ ਬਾਈ, ਚੱਕਰ ਫਿਰ ਨਹੀਂ ਪੂਰੇ ਹੈਗੇ ਅੱਜ। ਲਿਆਵਾਂ ਲੀਡ, ਲੀਡ ਲਿਆਵਾਂ। ਹਾਂਜੀ ਰਾਸ਼ਦ ਭਾਈ ਜਾਨ, ਲੀਡ ਲੈ ਕੇ ਆਓ ਤੁਸੀਂ ਯਾਰ। ਅੱਛਾ ਜਦੋਂ ਮਾਮਲਾ ਇਸ ਹੱਦ ਤੱਕ ਖਰਾਬ ਹੋ ਜਾਂਦਾ ਨਾ, ਬੰਦਾ ਕਹਿੰਦਾ ਬਸ ਹੁਣ ਜੋ ਹੈਗਾ ਬਸ ਠੀਕ ਆ, ਖੁਸ਼ ਰਹੋ। ਕਾ ਸਾਡਾ ਹਾਲ ਹੁਣ ਅੱਜ ਮੋਟਰ ਨਾਲ ਨਾ ਉਹ ਬਣਿਆ ਹੋਇਆ। ਹਾਂ ਦੋਵੇਂ ਚੱਲਦੀਆਂ। ਬਿਸਮਿਲ੍ਲਾ ਪੜ੍ਹ ਲਈ ਰੋਲਾ ਹੋ ਰਹੀ ਆ। ਜਿੰਦ ਜਿੰਦ ਨੀ ਇੱਥੇ ਪਹਿਲਾਂ ਕਿਉਂ ਨੀ ਆਉਂਦੇ ਜੀ, ਮੈਂ ਚਲਾਵਾਂਗਾ ਤੂੰ ਦੇਖੀ। ਯਾਰ ਅਸੀਂ ਤਾਂ ਕਸਮੇ ਮੰਨ ਕਰ, ਚੱਲ ਹੁਣ ਚਲਾ 15 ਠੀਕ ਆ, ਸਹੀ ਆ। ਪਾਣੀ ਚੁੱਕਿਆ ਹੈ? ਹਾਂ ਅਮਰਾਨ ਭਾਈ ਮਾਰੀ ਮੋਟਰ ਠੀਕ ਕਰੀਏ, ਕਿਤੇ ਨਾ ਜਲਦੀ ਟੈਂਕੀ ਭਰ, ਕਿਤੇ ਨੀ ਬੜੀ ਟੈਂਕੀ ਥਾਰੇ ਦੇ ਆ। ਹਾਂ ਦਸਤੀ ਭਰਦੀ ਟੈਂਕੀ, ਤੂੰ ਤਾਂ ਪੀ ਲੈ ਪਾਣੀ, ਸਾਦਾ ਪਾਣੀ ਲਿਆਂਦਾ ਇਹਨੇ, ਸ਼ਿਕੰਜੇ ਜਦੋਂ ਬੰਦਾ ਸਾਦਾ ਪਾਣੀ ਹੋਣਾ ਇਸ ਟਾਈਮ, ਤੂੰ ਕੀ ਪੀਣਾ ਹੋਰ ਬਾਈ, ਸ਼ਿਕੰਜੇ ਬੰਦਾ ਬਣਾ ਲੈਂਦਾ। ਨਿੰਬੂ ਲੈ ਕੇ ਨਾ ਜੀ,
दस दस पानी भी घरों लिया। अलहमदुल्ला मोटर ठीक होकर चल गई है, सिर्फ जी तार का मसला उन्होंने तार जी हूँ नवी पा देंगे तो मोटर जी नौकर ठीक हो जाएगी। फिर जिदा मोटर का मसला बनया ना जो मसाइल बंदे के हद तो ज़्यादा वध जाते हैं ना फिर बंदा कहता बस ठीक है जिदा होंगी भी उक्का ठीक है मैं राजी हाँ उन्होंने फिर इस चीज़ की टेंशन खत्म हो जाती है भी यार मेरे नाल माड़ा हो गया या मैनू घाटा आ गया ना जो मामला इन्ने खराब हो जाते ना फिर तो उही हिसाब हों। साडे चैनल का भी यही रौला बनया हुआ वा साडा चैनल हूँ दिन ब दिन आ जो महीना जाता पाया ना इस महीने साडा कम अज़ कम 1000 घंटा जड़ा ना वो डाउन होना वा डिगना वा थले अगे तकरीबन चैनल मेरा 2500 घंटे दी गया हुआ सीगा 2500 तो इस टाइम मुड़ के ना 2250 ते आ गया वा ते हुण दिन ब दिन ना तेज़ी नाल थले डिगणे क्योंकि पिछले साल सितंबर दे विच ना साडा चैनल जड़ा ना थोड़ा ग्रोथ विच गया सीगा कोई वीडियो ना वायरल हुई सी 5-6 विचों थोड़ी थोड़ी जिद ना थोड़ा वाच टाइम काफ़ी बढ़िया सगा वाच टाइम ना हूँ कटौती होनी सारी विचों जो तक साढ़ा 4000 घंटा पूरा नहीं होंगे उद तक यही काम जरा ना लग्या रहना वा। चैनल वालों भी फिलहाल तो साढ़ा हिसाब यही बनया हुआ वा व्यू जोड़े 30-40 आ जाते असं खुश हाँ भी बस ठीक है बथेरे आ चेक करी दी नहीं है भी आए किन्ने या किन्ने नहीं आए है साढ़ा अज का ब्लॉग इन्ना ही सगा उम्मीद है तुम्हें पसंद आया होगा कमेंट करके जरूर दस्यो दुआव याद रखियो अल्लाह हाफिज़।